ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਾਡੇ ਕੋਲ ਕਾਰ ਆਈ ਕਾਈਟਨ, ਦੇਖ ਸਕਦੇ ਹਾਂ ਇਹਦਾ ਟਾਈਮ ਮੈਂਬਰ ਸਾਰਾ ਟੁੱਟਿਆ ਹੋਇਆ, ਅਤੇ ਅੱਜ ਆਪਾਂ ਉਹਦਾ ਟਾਈਮ ਮੈਂਬਰ ਚੇਂਜ ਕਰਾਂਗੇ। ਬਾਕੀ ਤੁਹਾਨੂੰ ਮੈਂ ਓਪਨ ਕਰਕੇ ਦਿਖਾਉਣਾ ਖੋਲ੍ਹ ਕੇ, ਇਹਦੇ ਲਈ ਸਾਨੂੰ ਬੰਪਰ ਇਹਦਾ ਖੋਲ੍ਹਣਾ ਪੈਣਾ ਪਹਿਲਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹਾਂ ਬੰਪਰ ਇਹਦਾ ਆਪਾਂ ਰਿਮੂਵ ਕਰ ਦਿੱਤਾ ਹੈ, ਤਾਂ ਦੇਖੋ ਸਾਰੀ ਬੋਡੀ ਖੁੱਲ੍ਹੀ ਫਿਰਦੀ ਆ। ਜੋ ਟਾਈਮ ਮੈਂਬਰ ਦਾ ਅੱਧਾ ਪਾਰਟ ਹੈ ਨਹੀਂ ਗਾ, ਦੇਖੋ ਐਸਾ ਟੁੱਟ ਚੁੱਕਿਆ ਆ ਦੋਨੋਂ ਸਾਈਡਾਂ ਦਾ, ਠੀਕ ਹੈ ਜੀ। ਹੁਣ ਇਹਦਾ ਫਰੰਟ ਲਾ ਕੇ ਆਪਾਂ ਇਹਦਾ ਰਿਪਲੇਸ ਕਰਦੇ ਹਾਂ। ਸਾਡਾ ਨਵਾਂ ਟਾਈਮ ਮੈਂਬਰ ਆ ਗਿਆ, ਅਸੀਂ ਹੁਣ ਨਵਾਂ ਟਾਈਮ ਮੈਂਬਰ ਫਿੱਟ ਕਰਾਂਗੇ। ਮੈਂ ਦੇਖਿਆ ਜੀ ਨਵੇਂ ਅਤੇ ਪੁਰਾਣੇ ਦੇ ਵਿੱਚ ਫਰਕ, ਜੋ ਨੀਚੇ ਵਾਲਾ ਪੀਸ ਇਹਦਾ ਹੈ ਨਹੀਂ ਗਾ, ਰਿਪਲੇਸ ਕਰਾਂਗੇ ਨਿਊ ਟਾਈਮ ਮੈਂਬਰ ਇਹਦਾ। ਤੁਸੀਂ ਦੇਖ ਸਕਦੇ ਹਾਂ ਨਵਾਂ ਟਾਈਮ ਮੈਂਬਰ ਆਪਾਂ ਇੰਸਟਾਲ ਕਰ ਦਿੱਤਾ ਹੈ, ਠੀਕ ਹੈ ਜੀ। ਦੇਖ ਸਕਦੇ ਹਾਂ ਆਹ ਪਾਰਟ ਪਹਿਲੇ ਟਾਈਮ ਮੈਂਬਰ ਦੇ ਟੁੱਟੇ ਸੀ, ਠੀਕ ਹੈ ਜੀ। ਆਹ ਰੇਡੀਏਟਰ ਇਸ ਕਰਕੇ ਥੱਲੇ ਡਿੱਗ ਚੁੱਕਿਆ ਸੀਗਾ, ਸਾਰਾ ਇੰਸਟਾਲ ਹੋ ਚੁੱਕਿਆ ਆ, ਸਾਰੀ ਵਾਈਬ੍ਰੇਸ਼ਨ ਗੱਡੀ ਦੀ ਖਤਮ ਹੋ ਕੇ ਜਾਣੀ। ਹੁਣ ਦੇਖ ਸਕਦੇ ਹਾਂ ਤੁਸੀਂ, ਅਸੀਂ ਕਾਰ ਦੀ ਟੈਸਟ ਡਰਾਈਵ ਲੈ ਰਹੇ ਹਾਂ, ਅਤੇ ਜਿੱਦਾਂ ਕਿ ਦੇਖ ਸਕਦੇ ਹਾਂ ਥੋੜ੍ਹੀ ਵੀ ਨੋਇਸ ਨਹੀਂ ਹੈਗੀ ਕਾਰ ਦੇ ਵਿੱਚ, ਇੱਕਦਮ ਕਾਰ ਸਾਈਲੈਂਟ ਹੋ ਗਈ ਆ। ਬਾਕੀ ਤੁਹਾਨੂੰ ਫਿਰ ਇੱਕ ਵਾਰੀ ਫਰੰਟ ਤੋਂ ਦਿਖਾ ਦਿੰਦਾ, ਦੇਖ ਸਕਦੇ ਹਾਂ ਬੰਪਰ ਸਾਰਾ ਇੰਸਟਾਲ ਕਰ ਦਿੱਤਾ ਆ। ਦੇਖ ਸਕਦੇ ਹਾਂ ਸਾਡਾ ਟਾਈਮ ਮੈਂਬਰ ਸਾਰਾ ਇੰਸਟਾਲ ਹੋ ਗਿਆ, ਕਾਰ ਇੱਕਦਮ ਸਮੂਥ ਚੱਲ ਰਹੀ ਆ। ਬਾਕੀ ਕੋਈ ਵੀ ਇਨਕੁਆਇਰੀਜ਼ ਹੁੰਦੀ ਆ ਤੁਸੀਂ ਥੱਲੇ ਕਮੈਂਟ ਕਰ ਸਕਦੇ ਹਾਂ।